ਈਮੇਲ ਦਰਾਹੀ ਏ ਧਮਕੀਆਂ ਦਿੱਤੀਆਂ ਗਏ ਨੇ ਸਿੱਧੂ ਮੂਸੇਵਾਲ ਦੇ ਪਿਤਾ ਨੂੰ ਜੋ ਧਮਕੀਆਂ ਮਿਲਿਆ ਨੇ ਗੈਂਗਸਟਰਾਂ ਨੇ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਨੇ ਬਾਪੂ ਬਲਕੌਰ ਸਿੰਘ ਨੂੰ ਈਮੇਲ ਦਰਾਹੀ ਇਹ ਧਮਕੀ ਦਿੱਤੀ ਗਈ ਆ ਧਮਕੀ ਦੇਣ ਵਾਲੇ ਨੇ ਜੋ ਆਪਣੀ ਈਮੇਲ ਦਾ ਪਤਾ ਉਹ ਸ਼ੂਟਰ EJ ਦੇ ਨਾਮ ਤੇ ਭਰਿਆ ਹੋਇਆ ਸ਼ੂਟਰ EJ ਲਾਰੈਂਸ ਬਿਸ਼ਨੋਈ ਨਾਮ ਦਾ ਵੀ ਯੂਜ਼ਰ ਹੈ ਜਿਸ ਨੇ ਕਿ ਆਪਣੇ ਕਹ ਸਕਦੇ ਹੋ ਈਮੇਲ ਦੇ ਰਾਹੀਂ ਧਮਕੀ ਦਿੱਤੀ ਆ ਬਾਪੂ ਬਲਕੌਰ ਸਿੰਘ ਨੂੰ ਧਮਕੀ ਦੇਣ ਵਾਲੇ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਦੱਸਿਆ ਇਹ ਜਾਣਕਾਰੀ ਫਿਲਹਾਲ ਨਿਕਲ ਕੇ ਸਾਹਮਣੇ ਆ ਰਹੀ ਹੈ ਸਭ ਤੋਂ ਵੱਡੀ ਅਪਡੇਟ ਹੁਣ ਤੱਕ ਦੇ ਸਮੇਂ ਦੀ ਕਹੀ ਜਾ ਸਕਦੀ ਹੈ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਨੇ ਉਹ ਤੰਦਾਸੀ ਹੈ ਕਿ ਜਲਦ ਨੂੰ ਉਹ ਤਸਵੀਰ ਦਿਖਾਵਾਂਗੇ ਜਿਸ ਵਿੱਚ ਈਮੇਲ ਆਈ ਹੈ ਜੋ ਈਮੇਲ ਦੇ ਵਿੱਚ ਧਮਕੀ ਦਿੱਤੀ ਗਈ ਹੈ ਈਮੇਲ ਦੇ ਵਿੱਚ ਲਿਖਿਆ ਕੀ ਹੈ ਉਹ ਪੂਰੀ ਦੀ ਪੂਰੀ ਜਾਣਕਾਰੀ ਤੁਹਾਨੂੰ ਦਿਖਾਉਨੇ ਆ ਕਿਸ ਤਰੀਕੇ ਈਮੇਲ ਦਾ ਰਾਹੀਂ ਧਮਕੀਆਂ ਦਿੱਤੀਆਂ ਗਈਆਂ ਨੇ ਲਿਖਿਆ ਗਿਆ ਸ਼ੂਟਰ এজ ਜੇ ਲਾਰੈਂਸ ਬਿਸ਼ਨੋਈ ਖੁਦ ਨੂੰ ਦੱਸਿਆ ਗਿਆ ਅੱਗੇ ਲਿਖਿਆ ਗਿਆ ਚੇਤਾਵਨੀ ਸੋਪੂ ਗਰੁੱਪ ਦੇ ਵੱਲੋਂ ਹਿੰਦੀ ਚ ਭੇਜੀ ਗਈ ਇਸ ਈਮੇਲ ਦੇ ਵਿੱਚ ਸਾਫ਼ ਤੌਰ ਤੇ ਸੀ ਤੁਹਾਨੂੰ ਪੰਜਾਬੀ ਪੜ ਕੇ ਸੁਣਾ ਰਹੇ ਆ ਪਰ ਫਿਲਹਾਲ ਇਹ ਸਿੱਧੂ ਮੂਸੇ ਦਾ ਪਤਾ ਨੂੰ ਧਮਕੀ ਦਿੱਤੀ ਗਈ ਹੈ ਲਿਖਿਆ ਗਿਆ ਕਿ ਸੁਣੋ ਸੁਣਾ ਸਿੱਧੂ ਮੂਸੇ ਦਾ ਬਾਪ ਤੂੰ ਲਾਰੈਂਸ ਬਿਸ਼ਨੋਈ ਜੱਗੂ ਭਗਵਾਨਪੁਰਿਆ ਸਾਡੇ ਭਰਾਵਾਂ ਦੀ ਸੁਰੱਖਿਆ ਲੈ ਕੇ ਜੇਕਰ ਕੁਝ ਬੋਲਿਆ ਤਾਂ ਤੇਰਾ ਵੀ ਪਤਾ ਨਹੀਂ ਲੱਗੇਗਾ ਕਿ ਤੈਨੂੰ ਮਾਰ ਕੇ ਚਲੇ ਜਾਵਾਂਗੇ ਤੂੰ ਅਤੇ ਤੇਰਾ ਪੁੱਤ ਇਸ ਦੇਸ਼ ਦੇ ਮਾਲਕ ਨਹੀਂ ਹੋ ਜੋ ਤੁਸੀਂ ਚਾਹੁੰਦੇ ਹੋ ਉਸ ਦੀ ਉਸ ਨੂੰ ਸੁਰੱਖਿਆ ਮਿਲੇ ਤੇਰੇ ਪੁੱਤ ਨੇ ਸਾਡੇ ਭਰਾਵਾਂ ਨੂੰ ਮਰਵਾਇਆ ਅਤੇ ਹੁਣ ਤੇਰੇ ਪੁੱਤ ਨੂੰ ਅਸੀਂ ਮਾਰ ਦਿੱਤਾ ਅਸੀਂ ਭੁੱਲੇ ਨਹੀਂ ਮਨਪ੍ਰਿਤ ਮੰਨੂ ਜਗਰੂਪ ਰੂਪਾ ਦਾ ਫੇਕ ਇਨਕਾਊਂਟਰ ਹੋਇਆ ਅਤੇ ਤੂੰ ਵੀ ਨਾ ਤੈਨੂੰ ਵੀ ਭੁੱਲਣਾ ਨਹੀਂ ਚਾਹੀਦਾ ਬੁੱਢੇ ਸ਼ਬਦਾਂ ਇਸਤੇ ਕੀਤਾ ਗਿਆ ਅੱਗੇ ਲਿਖਿਆ ਗਿਆ ਕਿ ਕਿਉਂਕਿ ਇਹ ਸਭ ਤੇਰੇ ਦਬਾਅ ਚ ਹੋਇਆ 100 ਗੱਲਾਂ ਦੀ ਇੱਕ ਗੱਲ ਜੇਕਰ ਤੂੰ ਜ਼ਿਆਦਾ ਬੋਲਿਆ ਤਾਂ ਤੇਰਾ ਹਾਲ ਸਿੱਧੂ ਤੂੰ ਵਿਵਾਦ ਖਤਰਨਾਕ ਕਰ ਦੇਾਂਗੇ ਭਿਆਨਕ ਹਾਲ ਹੋਵੇਗਾ ਤੇਰਾ ਓਕੇ ਮੈਂ ਅੱਜ ਬਿਸ਼ਨੋਈ ਇਹ ਜੇ ਬਿਸ਼ਨੋਈ ਲਾਰੈਂਸ ਬਿਸ਼ਨੋਈ ਸੰਪਤ ਨੇਰਾ 골ਡੀ ਬਰਾੜ ਜੱਗੂ ਭਗਵਾਨਪੁਰੀਆ ਕਾਲਾ ਜੇਠੜੀ ਸੋਪੂ ਗਰੁੱਪ ਤੋਂ ਜੈ ਬਲਕਾਰੀ ਸਲਾਮ ਸ਼ਹੀਦਾਂ ਨੂੰ ਇਹ ਲਿਖਿਆ ਗਿਆ ਸਿੱਧੇ ਤੌਰ ਤੇ ਇਸ ਪੋਸਟ ਦੇ ਵਿੱਚ ਇਸ ਪੋਸਟ ਦੇ ਵਿੱਚ ਇਹ ਵੀ ਆਖਿਆ ਗਿਆ ਕਿ ਤੇਰਾ ਹਾਲ ਸਿੱਧੂ ਮੂਸੇਵਾਲੇ ਨਾਲੋਂ ਵੱਧ ਮਾੜਾ ਕਰਾਂਗੇ ਇਹ ਪੋਸਟ ਹੈ ਉਹ ਜੋ ਕਹੀ ਜਾ ਸਕਦੀ ਹੈ ਈਮੇਲ ਦਰਾਹੀਂ ਪੇ ਜਿਗੇ ਸ਼ੂਟਰ ਐਜੇ ਲਾਰੈਂਸ ਬਿਸ਼ਨੋਈ ਨਾਮ ਦੇ ਯੂਜ਼ਰ ਵੱਲੋਂ ਇਹ ਪੋਸਟ ਭੇਜੀ ਗਈ ਆ ਜੋ ਤਸਵੀਰਾਂ ਦੇ ਨਾਲ ਸੀ ਤੁਹਾਨੂੰ ਦਿਖਾ ਰਹੇ ਹਾਂ ਫਿਲਹਾਲ ਜੱਗੂ ਭਗਵਾਨਪੁਰਿਆ ਦੀ ਸੁਰੱਖਿਆ ਨੂੰ ਲੈ ਕੇ ਇੱਥੇ ਸਵਾਲ ਚੁੱਕੇ ਗਏ ਨੇ ਲਾਰੈਂਸ ਬਿਸ਼ਨੋਈ ਦੀ ਸੁਰੱਖਿਆ ਲੈ ਕੇ ਸਵਾਲ ਚੁੱਕੇ ਗਏ ਨੇ ਅਕਸਰ ਦੇਖਿਆ ਜਾਂਦਾ ਹੈ ਕਿ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰਿਆ ਨੂੰ ਦਿੱਤੀ ਗਈ ਕਿ ਆਧੁਨਿਕ ਸੁਰੱਖਿਆ ਨੂੰ ਲੈ ਕੇ ਸਿੱਧੂ ਮੂਸਾ ਦੇ ਪਿਤਾ ਨੇ ਕਈ ਵਾਰ ਸਵਾਲ ਚੁੱਕੇ ਨੇ ਆਖਿਆ ਕਿ ਜਿਨ੍ਹਾਂ ਨੇ ਮੇਰੇ ਪੁੱਤ ਨੂੰ ਸ਼ਰਿਆਮ ਗੋਲੀਆਂ ਮਾਰ ਦਿੱਤੀਆਂ ਪੁਲਿਸ ਨੂੰ ਨਾਨੂ ਹਾਈ ਟੈਕ ਸਕਿਉਰਿਟੀ ਦੇ ਵਿੱਚ ਚੱਕੀ ਫਰਦੀ ਆ ਪਰ ਹੁਣ ਗੈਂਗਸਟਰਾਂ ਨੇ ਪਲਟਵਾਰ ਕੀਤਾ ਕਹਿ ਸਕਦਾਂ ਹਾਂ ਗੈਂਗਸਟਰਾਂ ਨੇ ਫਿਰ ਤੋਂ ਸਿੱਧੂ ਮੂਸੇ ਦਾ ਪਤਾ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਆ ਪਹਿਲਾਂ ਜਿਹੀਆਂ ਹੀ ਧਮਕੀਆਂ ਸਿੱਧੂ ਮੂਸੇ ਵਾਲੇ ਨੂੰ ਵੀ ਮਿਲਦੀਆਂ ਰਹੀਆਂ ਖੁਦ ਇਸ ਮਾਮਲੇ 'ਚ ਸਿੱਧੂ ਮੂਸੇ ਦਾ ਪਤਾ ਨੇ ਕਈ ਵਾਰ ਬਿਆਨ ਜਾਰੀ ਕੀਤਾ ਕਿ ਉਸਦੇ ਪੁੱਤ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਤੇ ਹੁਣੇ ਧਮਕੀਆਂ ਮਿਲੰਦਾ سلسلہ ਸਿੱਧੂ ਮੂਸੇ ਤੋਂ ਬਾਅਦ ਹੁਣ ਉਸਦੇ ਪਿਤਾ ਬਾਪੂ ਬਲਕੌਰ ਸਿੰਘ ਨੂੰ ਸ਼ੁਰੂ ਹੋ ਗਿਆ ਬਾਪੂ ਬਲਕੌਰ ਸਿੰਘ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਹੁਣ ਈਮੇਲ ਕਰਕੇ ਬਾਪੂ ਬਲਕੌਰ ਸਿੰਘ ਨੂੰ ਇਹ ਧਮਕੀ ਦਿੱਤੀ ਗਈ ਹੈ ਖੁਦ ਨੂੰ ਸ਼ੂਟਰ ਇਹ ਜੇ ਲਾਰੈਂਸ ਬਿਸ਼ਨੋਈ ਖੁਦ ਨੂੰ ਸ਼ੂਟਰ ਇਹ ਜੇ ਲਾਰੈਂਸ ਬਿਸ਼ਨੋਈ ਦੱਸਣ ਵਾਲੇ ਇਸ ਯੂਜ਼ਰ ਵੱਲੋਂ ਸਿੱਧੇ ਤੌਰ ਤੇ ਸਿੱਧੂ ਮੂਸੇਵਾਲਾ ਦੇ ਪਤਾ ਨੂੰ ਜੋ ਚਿੱਠੀ ਲਿਖੀ ਗਈ ਆ ਜੋ ਈਮੇਲ ਭੇਜੀ ਗਿਆ ਈਮੇਲ ਤੁਹਾਡੀ ਸਕਰੀਨ ਦੇ ਉੱਤੇ ਨਜ਼ਰ ਆ ਰਹੀ ਹੈ ਇਸ ਈਮੇਲ ਦੇ ਵਿੱਚ ਲਿਖਿਆ ਕੀ ਗਿਆ ਇੱਕ ਵਾਰ ਦੁਬਾਰਾ ਪੜ੍ਹ ਕੇ ਸੁਣਾ ਦਿੰਨੇ ਆ ਲਿਖਿਆ ਗਿਆ ਕਿ ਸੁਣੋ ਸਿੱਧੂ ਮੂਸੇਵਾਲਾ ਦੇ ਬਾਪ ਤੂੰ ਲਾਰੈਂਸ ਮਿਸ਼ਨੋਈ ਜੱਗੂ ਭਗਵਾਨਪੁਰੀਆ ਸਾਡੇ ਭਰਾਵਾਂ ਦੀ ਸੁਰੱਖਿਆ ਨੂੰ ਲੈ ਕੇ ਜੇਕਰ ਕੁਝ ਬੋਲੇਗਾ ਤਾਂ ਤੇਰਾ ਤਾਂ ਪਤਾ ਵੀ ਨਹੀਂ ਲੱਗੇਗਾ ਕਿ ਤੈਨੂੰ ਮਾਰ ਕੇ ਚਲੇ ਜਾਵਾਂਗੇ ਤੇ ਤੈਨੂੰ ਤਾਂ ਪਤਾ ਵੀ ਨਹੀਂ ਲੱਗੇਗਾ ਕਿ ਤੈਨੂੰ ਅਸੀਂ ਮਾਰ ਕੇ ਚਲੇ ਜਾਵਾਂਗੇ ਤੂੰ ਤੇ ਤੇਰਾ ਪੁੱਤ ਇਸ ਦੇਸ਼ ਦੇ ਮਾਲਕ ਨਹੀਂ ਹੋ ਜੋ ਤੁਸੀਂ ਚਾਹੋਗੇ ਉਸ ਨੂੰ ਸੁਰੱਖਿਆ ਮਿਲੇਗੀ ਤੇਰੇ ਪੁੱਤ ਨੇ ਸਾਡੇ ਭਰਾਵਾਂ ਨੂੰ ਮਰਵਾਇਆ ਅਤੇ ਅਸੀਂ ਤੇਰੇ ਪੁੱਤ ਨੂੰ ਮਾਰ ਦਿੱਤਾ ਅਸੀਂ ਭੁੱਲੇ ਨਹੀਂ ਆ ਮਨਪ੍ਰਿਤ ਮਨੂ ਜਗਰੂਪ ਸਿੰਘ ਰੂਪਾ ਦਾ ਫੇਕ ਇਨਕਾਊਂਟਰ ਹੋਇਆ ਤੇ ਤੈਨੂੰ ਵੀ ਨਹੀਂ ਭੁੱਲਣਾ ਚਾਹੀਦਾ ਇੱਥੇ ਅਗੇ ਸ਼ਬਦ ਜੋ ਇਸਤੇਮਾਲ ਕੀਤਾ ਗਿਆ ਬੁੱਢੇ ਸ਼ਬਦ ਲਿਖਿਆ ਗਿਆ ਸਿੱਧੂ ਮੂਸੇ ਦਾ ਪਿਤਾ ਨੂੰ ਇਹ ਸ਼ਬਦ ਲਿਖੇਗੇ ਨੇ ਅਗੇ ਲਿਖਿਆ ਗਿਆ ਕਿਉਂਕਿ ਇਹ ਸਭ ਤੇਰੇ ਦਬਾਚ ਹੋਇਆ 100 ਗੱਲਾਂ ਦੀ ਇੱਕ ਗੱਲ ਜੇਕਰ ਤੂੰ ਜ਼ਿਆਦਾ ਬੋਲਿਆ ਤਾਂ ਤੇਰਾ ਹਾਲ ਸਿੱਧੂ ਤੋਂ ਵੀ ਵੱਧ ਖਤਰਨਾਕ ਤੇ ਭਿਆਨਕ ਹੋਵੇਗਾ ਓਕੇ ਮੈਂ ਇਹ ਜੇ ਬਿਸ਼ਨੋਈ ਲਾਰੈਂਸ ਬਿਸ਼ਨੋਈ ਸੰਪਤ ਨੇਹਰਾ 골ਡੀ ਬਰਾੜ ਜੱਗੂ ਭਗਵਾਨਪੁਰੀਆ ਕਾਲਾ ਜੇਠੜੀ ਸੋਪੂ ਗਰੁੱਪ ਤੋਂ ਜਾ ਬਲਕਾਰੀ ਸਲਾਮ ਸ਼ਹੀਦਾ ਨੂੰ ਇਹ ਜਾਣਕਾਰੀ ਫਿਲਹਾਲ ਇਸ ਈਮੇਲ ਦਰਾਹੀਂ ਸਾਹਮਣੇ ਆ ਰਹੀ ਹੈ ਜੋ ਈਮੇਲ ਇਸ ਕਹਿ ਸਕਦੇ ਹਾਂ ਕਿ EJ ਨਾਮੀ ਸ਼ੂਟਰ ਦੇ ਵੱਲੋਂ ਭੇਜੀ ਗਈ ਹੈ ਅੱਗੇ ਇਸ ਮਾਮਲੇ ਦੱਸਦੀ ਹੈ ਕਿ ਸਿੱਧੂ ਉਸ ਦੇ ਪਿਤਾ ਨੇ ਇੱਕ ਪਿਤਾ ਨੇ ਕਈ ਵਾਰ ਗੈਂਗਸਟਰ ਲਾਰੈਂਸ ਤੇ ਜੱਗੂ ਭਗਵਾਨਪੁਰੇ ਸਿਕਿਉਰਿਟੀ ਦਾ ਮੁੱਦਾ ਚੁੱਕਿਆ ਬਲਕੌਰ ਸਿੰਘ ਨੇ ਕਿਹਾ ਕਿ ਜੋ ਕਾਨੂੰਨ ਆਮ ਆਦਮੀ ਲਈ ਬਣੇ ਨੇ ਉਸ ਦਾ ਫਾਇਦਾ ਗੈਂਗਸਟਰ ਚੁੱਕ ਰਹੇ ਨੇ ਲਾਰੈਂਸ ਤੇ ਜੱਗੂ ਦੇਤੇ ਨੱਕ ਪਰਚੇ ਨੇ ਫਰਵੀਰਨ ਸਿਕਿਉਰਿਟੀ ਦਿੱਤੀ ਜਾ ਰਹੀ ਹੈ ਉਹ ਆਮ ਆਦਮੀ ਵਾਂਗ ਪੇਸ਼ ਕਿਉਂ ਨਹੀਂ ਹੋ ਸਕਦੇ ਅਦਾਲਤਾਂ ਦੇ ਵਿੱਚ ਸਿੱਧਾ ਤੌਰ ਤੇ ਉਹਨਾਂ ਦੱਸਦੇ ਕਿ ਲਾਰੈਂਸ ਗੈਂਗ ਨੇ ਆਪਣੇ ਕੱਟੜ ਦੁਸ਼ਮਣ ਗੰਗੀਆ ਬੰਬੀਆ ਗੈਂਗ ਤੋਂ ਖਤਰਾ ਹੈ ਬੰਬੀਆ ਗੈਂਗ ਨੇ ਲਾਰੈਂਸ ਜੱਗੂ ਤੇ ਸਿੰਗਰ ਮਨਜੀਤ ਦੇ ਤੌਰ ਤੇ ਕਤਲ ਦੀ ਧਮਕੀ ਦਿੱਤੀ ਹੈ ਉਹਨਾਂ ਨੇ ਵੀ ਕਿਹਾ ਕਿ ਸਿਕਿਉਰਿਟੀ ਜ਼ਿਆਦਾ ਹੋਣ ਦੀ وجہ ਨਾਲ ਉਹ ਲਾਰੈਂਸ ਤੇ ਜੱਗੂ ਨੂੰ ਨਹੀਂ ਮਾਰ ਸਕੇ ਇਹੀ ਚਿੰਤਾ ਲਾਰੈਂਸ ਗੈਂਗ ਨੂੰ ਵੀ ਆ ਕਿ ਜੇਕਰ ਸਿਕਿਉਰਿਟੀ ਚ ਕਿਤੇ ਕੋਈ ਚੁੱਕ ਹੋਈ ਤਾਂ ਉਹਨਾਂ ਦਾ ਸਰਗਣਾ ਨੂੰ ਖਤਰਾ ਹੋ ਸਕਦਾ ਹੈ ਲਾਰੈਂਸ ਬਿਸ਼ਨੋਈ ਨੂੰ ਖਤਰਾ ਪੈਦਾ ਹੋ ਸਕਦਾ ਹੈ ਸ਼ੂਟਰ ਇਹ ਜੇ ਲਾਰੈਂਸ ਦੇ ਨਾਮ ਤੋਂ ਧਮਕੀ ਦਿੱਤੀ ਗਈ ਸਿੱਧੂ ਮੂਸੇ ਦਾ ਪਤਾ ਨੂੰ ਹੁਣ ਈਮੇਲ ਆਈਡੀ ਤੇ ਭੇਜੀ ਗਈ ਹੈ ਇਸ ਨੂੰ ਸੋਪੋਗ੍ਰਾਫ ਦੀ ਚੇਤਾਵਨੀ ਦੱਸਿਆ ਗਿਆ ਧਮਕੀ ਦੇਣ ਵਾਲੇ ਨੇ ਲਿਖਿਆ ਕਿ ਸੁਣ ਸਿੱਧੂ ਮੂਸੇਵਾਲੇ ਦੇ ਬਾਪ ਲਾਰੈਂਸ ਜੱਗੂ ਭਗਵਾਨਪੁਰਿਆ ਤ ਸਾਡੇ ਭਰਾਵਾਂ ਦੀ ਸੁਰੱਖਿਆ ਲੈ ਕੇ ਜੇਕਰ ਕੁਛ ਤੂੰ ਬੋਲੇਗਾ ਤਾਂ ਪਤਾ ਵੀ ਨਹੀਂ ਲੱਗੇਗਾ ਤੈਨੂੰ ਮਾਰ ਕੇ ਚਲ ਜਾਵਾਂਗੇ ਤੂੰ ਤੇ ਤੇਰਾ ਪੁੱਤ ਇਸ ਦੇਸ਼ ਦੇ ਮਾਲਕ ਨਹੀਂ ਹੋ ਜੋ ਤੁਸੀਂ ਚਾਹੋਗੇ ਉਸ ਨੂੰ ਸੁਰੱਖਿਆ ਮਿਲੇਗੀ ਤੇਰੇ ਪੁੱਤ ਨੇ ਸਾਡੇ ਭਰਾਵਾਂ ਨੂੰ ਮਰਵਾਇਆ ਅਤੇ ਅਸੀਂ ਤੇਰੇ ਪੁੱਤ ਨੂੰ ਮਰਵਾ ਦਿੱਤਾ ਅਸੀਂ ਭੁੱਲੇ ਨਹੀਂ ਆ ਮਨਪੀ ਪਨੂ ਤੇ ਜਗਰੂਪ ਰੂਪਾ ਦਾ ਫੇਕ ਕਾ ਫੇਕ ਇਨਕਾਊਂਟਰ ਹੋਇਆ ਤੁਸੀਂ ਵੀ ਨਹੀਂ ਭੁੱਲਣਾ ਚਾਹੀਦਾ ਤੁਹਾਨੂੰ ਵੀ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਇਹ ਸਭ ਤੇਰੇ ਦਬਾਅ 'ਚ ਹੋਇਆ 100 ਗਲਾਂ ਦੀ ਇੱਕ ਗੱਲ ਜ਼ਿਕਰ ਤੂੰ ਜ਼ਿਆਦਾ ਬੋਲਿਆ ਤਾਂ ਤੇਰਾ ਹਾਲ ਸਿੱਧੂ ਤੋਂ ਵੀ ਵੱਧ ਭਿਆਨਕ ਹੋਵੇਗਾ ਇਹ ਜਾਣਕਾਰੀ ਲਿਖੀ ਗਈ ਹੈ ਉਹ ਸੀਮੇਲ ਦੇ ਵਿੱਚ ਜੋ ਜੱਗੂ ਭਗਵਾਨਪੁਰੀਆ ਦੇ ਨਾਲ ਸੰਬੰਧਿਤ ਗੈਂਗਸਟਰ ਖੁਦ ਨੂੰ ਦੱਸ ਰਿਹਾ ਲਾਰਸ ਬਿਸ਼ਨੋਈ ਨਾਲ ਸੰਬੰਧਿਤ ਦੱਸ ਰਿਹਾ ਸ਼ੂਟਰ ਏਜੇਵਲ ਨੂੰ ਭੇਜੀ ਗਈ ਹੈ